ਕੋਰੋਨਾ ਵਾਇਰਸ ਦੇ ਚਲਦੇ 20 ਤੋਂ ਵੱਧ ਮੈਂਬਰਾਂ ਦੇ ਇਕੱਠ ਤੇ ਲੱਗੀ ਪਾਬੰਦੀ ਕਾਰਨ ਮੌਤ ਹੋ ਜਾਣ ਤੇ ਮ੍ਰਿਤਕ ਦੇ ਰਿਸ਼ਤੇਦਾਰ ਦੁੱਖ ਵੰਡਾਉਣ ਤੋਂ ਵਾਂਝੇ ਰਹਿ ਰਹੇ ਨੇ। ਹੋਰ ਤਾਂ ਹੋਰ, ਪੂਰਨ ਦੇਸ਼ ਵਿੱਚ 14 ਅਪ੍ਰੈਲ ਤੱਕ ਲਾਕਡਾਊਨ ਹੋਣ ਕਰਕੇ ਹੁਣ ਮ੍ਰਿਤਕ ਦੇ ਦੇਹ ਸੰਸਕਾਰ ਵਿੱਚ ਵਰਤੋਂ ਦੀਆਂ ਚੀਜ਼ਾਂ ਵੀ ਨਹੀਂ ਮਿਲ ਰਹੀਆਂ। ਗਰੀਬੀ ਰੇਖਾ ਵਿੱਚ ਗੁਜ਼ਾਰਾ ਕਰਨ ਵਾਲਿਆਂ ਨੂੰ ਜਿੱਥੇ 2 ਬਕਤ ਦੀ ਰੋਟੀ ਦੇ ਲਾਲੇ ਪੈ ਚੁੱਕੇ ਨੇ, ਉੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਲਈ ਚੁੱਕੇ ਗਏ ਕਦਮ ਰਾਸ ਨਹੀਂ ਆ ਰਹੇ, ਕਿਉਂਕਿ ਤਿਆਰ ਕੀਤੇ ਗਏ ਲੰਗਰ ਤੋਂ ਬਾਅਦ ਵੰਡਣ ਮੌਕੇ ਇੱਕ ਦੂਸਰੇ ਤੋਂ ਦੂਰੀ ਰੱਖਣ ਵਿੱਚ ਲੋਕ ਕਤਾ ਵੀ ਧਿਆਨ ਨਹੀਂ ਦੇ ਰਹੇ, ਜੋ ਕਿ ਘਾਤਕ ਸਿੱਧ ਹੋ ਸਕਦਾ। ਸ੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾ ਸਮਰਾਲਾ ਦੇ ਸੇਵਾਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸੇਵਾਦਾਰ ਨੀਲ ਕਮਲ ਸ਼ਰਮਾ ਦੀ ਦੇਖ ਰੇਖ ਹੇਠ ਬੱਸ ਸਟੈਂਡ ਦੇ ਸਾਹਮਣੇ ਮਨੁੱਖਤਾ ਦੀ ਸੇਵਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਟਰ ਮੋਟਰਸਾਈਕਲ ਰਿਪੇਅਰ ਅਤੇ ਪੈਂਚਰ ਸੇਵਾ ਦੇ ਨਾਲ ਨਾਲ ਮੁੱਢਲੀ ਮੈਡੀਕਲ ਸੇਵਾ ਲਈ ਕੁਝ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ। ਬੱਸ ਅੱਡੇ ਡਿਊਟੀ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ। ਮੈਂ ਇੱਥੇ ਕੁਝ ਮਹਿਸੂਸ ਕੀਤਾ ਕਿ ਆਮ ਪਬਲਿਕ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਜਿਹੜੇ ਮੁਲਾਜ਼ਮ ਡਿਊਟੀ ਤੋਂ ਆਉਂਦੇ ਜਾਂਦੇ ਨੇ ਉਹਨਾਂ ਨੂੰ ਵੀ ਕੁਛ ਪ੍ਰੋਬਲਮ ਆਉਂਦੀ ਹੈ, ਕੋਈ ਕਿਸੇ ਨੂੰ ਮਾੜੀ ਮੋਟੀ ਕੋਈ ਪੇਟ ਦਰਦ ਦੀ ਜਾਂ ਸਿਰ ਦਰਦ ਦੀ ਕੋਈ ਪ੍ਰੋਬਲਮ ਆਉਂਦੀ ਹੈ, ਉਹ ਅਸੀਂ ਮੈਡੀਸਨ ਆਪਣੇ ਸ਼ਰਮਾ ਜੀ ਨੀਲ ਕਮਲ ਸ਼ਰਮਾ ਜੀ ਦੇ ਉਪਰਾਲੇ ਨਾਲ ਰੱਖੀਆਂ ਨੇ, ਅਤੇ ਜੋ ਕਿ ਚਹਿਲਾ ਤੋਂ ਮੁਕਤੀ ਧਾਮ ਤੋਂ ਮੈਂਬਰ ਨੇ, ਅਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ, ਉਹਨਾਂ ਨੇ ਇਹ ਸਾਡੀ ਬੇਨਤੀ ਕਬੂਲ ਕਰਦੇ ਹੋਏ ਦਵਾਈਆਂ ਦਾ ਪਰਹੇਜ ਕਰਕੇ ਦਿੱਤਾ, ਅਤੇ ਦੂਜਾ ਕਿਸੇ ਦਾ ਕੋਈ ਮੋਟਰਸਾਈਕਲ ਪੈਂਚਰ ਹੋ ਜਾਂਦਾ ਹੈ ਜਾਂ ਕੋਈ ਖਰਾਬ ਹੋ ਜਾਂਦਾ ਉਹ ਵੀ ਉਪਰਾਲਾ ਕਰਕੇ ਦਿੱਤਾ। ਮੈਂ ਇਸ ਚੀਜ਼ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਬਹੁਤ ਅੱਛਾ ਉਪਰਾਲਾ। ਮੈਂ ਨੀਟ ਤੋਂ ਸਮਾਜ ਦੀ ਮੁਕਤੀ ਧਾਮ ਚਹਿਲਾ ਦਾ ਸੇਵਾ ਦਾ ਪਿਛਲੇ ਕਰੋਨਾ ਕਾਰਨ ਜਿਹੜਾ ਕਰਫਿਊ ਲੱਗਾ ਉਹਨਾਂ 'ਤੇ ਬੜੀਆਂ ਮੁਸ਼ਕਲਾਂ ਆ ਰਹੀਆਂ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ, ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ, ਡਾਕਟਰਾਂ ਨੂੰ, ਜਿਵੇਂ ਕਿ ਮੋਟਰਸਾਈਕਲ ਖਰਾਬ ਹੋ ਗਿਆ, ਹਵਾ ਹੈ ਨਹੀਂ, ਪੈਂਚਰ ਹੈ ਨਹੀਂ, ਅਤੇ ਜ਼ਰੂਰਤਮੰਦ ਨੂੰ ਦਵਾਈਆਂ, ਜਿਵੇਂ ਕਿ ਲੋਕ ਇੱਥੇ ਆਇਆ ਕਿ ਬਹਾਨਾ ਲਾ ਕੇ ਕਹਿੰਦੇ ਸਾਡਾ ਪੇਟ ਦਰਦ ਹੈ, ਸਿਰ ਦਰਦ ਹੈ, ਬੁਖਾਰ ਦੀ ਗੋਲੀ, ਉਹ ਅਸੀਂ ਇੱਥੇ ਪ੍ਰੋਵਾਈਡ ਕੀਤੀਆਂ ਮੰਦਰ ਕਮੇਟੀ ਵੱਲੋਂ। ਪ੍ਰਧਾਨ ਚੰਦਰਮੋਹਨ ਜੀ ਸ਼ਰਮਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਹਨਾਂ ਨੇ ਸ਼ੁਰੂਆਤ ਦੇ ਕੇ। ਅਸੀਂ ਇੱਥੇ ਇੱਕ ਮਿਸਤਰੀ ਬਿਠਾਇਆ ਤਾ ਜੀ, ਉਹ ਸਵੇਰੇ 5 ਵਜੇ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਹਿੰਦਾ, ਅਤੇ ਨਾਲ ਹੀ ਪਰਲੀ ਗਲੀ 'ਚ ਦੁਕਾਨ ਆ ਪੈਂਚਰਾਂ ਦੀ, ਨਾਲ ਪੰਪ ਸਾਡੇ ਕੋਲ ਆ, ਅਤੇ ਜੇ ਕੋਈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਹੁੰਦੀ ਹੈ ਤਾਂ ਸਾਡੇ ਮੁਲਾਜ਼ਮ ਜਾਂ ਸਾਡੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਹਸਪਤਾਲ ਜਿਵੇਂ ਦੀਪ ਹਸਪਤਾਲ ਆ, ਗੁਰੂ ਤੇਗ ਬਹਾਦਰ ਹਸਪਤਾਲ ਆ, ਉੱਥੇ ਤੱਕ ਛੱਡਣ ਦੀ ਅਸੀਂ ਇੱਕ ਯਤਨ ਕੀਤਾ ਜੀ। ਬੜੇ ਸ਼ੰਕਰ ਭਗਵਾਨ ਜੀ ਜੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।